ਦੋਸ਼ ਉਹਦੇ 'ਤੇ ਇੱਕ ਹੈ ਵੱਡਾ ਕਿ ਉਹ ਲੰਬੀ ਹਲਕੇ 'ਤੇ ਰਹਿਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਕੰਸਟੀਚੁਐਂਸੀ ਹੈ, ਉਹਨਾਂ ਦੇ ਹਲਕੇ ਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਮੈਂਬਰ ਹੈ। ਸੋ ਜਿਹੜਾ ਇਹ ਕੇਸ ਹੈ ਸਾਰਾ ਪੋਲੀਟੀਕਲੀ ਸਰਦਾਰ ਦਿਆਲ ਸਿੰਘ ਨੂੰ ਇੱਕ ਨੀਚਾ ਦਿਖਾਉਣ ਲਈ ਕੀਤਾ ਗਿਆ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਹ ਰਾਈਟ ਹੈਂਡ ਹੈ, ਉਹਨਾਂ ਦੇ ਸਪੋਰਟਰ ਹੈ, ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਬਠਿੰਡਾ ਵਿਜੀਲੈਂਸ ਦੀ ਟੀਮ ਵੱਲੋਂ ਅਦਾਲਤ ਸਿੰਘ ਕੋਲਿਆਂਵਾਲੀ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਮਾਨਯੋਗ ਅਦਾਲਤ ਨੇ ਕੋਲਿਆਂਵਾਲੀ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਦਕਿ ਕੋਲਿਆਂਵਾਲੀ ਦੇ ਵਕੀਲ ਦਾ ਕਹਿਣਾ ਹੈ ਕਿ ਕੋਲਿਆਂਵਾਲੀ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ। ਭਾਈ ਜੀ ਸਰਦਾਰ ਦਿਆਲ ਸਿੰਘ ਕੋਲਿਆਂਵਾਲੀ ਜੀ, ਉਸ ਤੋਂ ਬਾਅਦ ਉਹਨਾਂ ਨੇ ਰਿਮਾਂਡ ਮੰਗਿਆ ਸੀ, ਕੋਰਟ ਨੇ ਸਾਡੀ ਬਹਿਸ ਸੁਣ ਤੋਂ ਬਾਅਦ ਉਹਨਾਂ ਨੂੰ 3 ਦਿਨਾਂ ਦਾ ਰਿਮਾਂਡ ਦਿੱਤਾ, ਨਾਲੇ ਆਰਡਰ ਕੀਤਾ ਕਿ ਪੁੱਛ ਗਿੱਛ ਮੋਹਾਲੀ 'ਚ ਹੀ ਕਰਨੀ ਹੈ, ਉੱਥੋਂ ਬਾਹਰ ਨਹੀਂ ਲੈ ਕੇ ਜਾਣਾ। ਔਰ ਸਾਡੇ 2 ਕੌਂਸਲ 1 ਤੋਂ 3 ਵਜੇ ਤੱਕ ਉਹ ਹਾਜ਼ਰ ਰਹਿਣਗੇ ਪੁੱਛਗਿੱਛ ਦੇ ਦੌਰਾਨ, ਤਾਂ ਕਿ ਇਹਨਾਂ ਦੇ ਖਿਲਾਫ਼ ਕਿਸੇ ਤਰ੍ਹਾਂ ਦਾ ਕੋਈ 3rd ਡਿਗਰੀ ਮੈਥਡ ਇੰਟਰੋਗੇਟਿਵ ਨਾ ਯੂਜ਼ ਕਰਨ, ਜਾਂ ਕੋਈ ਇਹਨਾਂ ਦੀ ਫਾਲਸ ਕਨਫੈਸ਼ਨਲ ਸਟੇਟਮੈਂਟ ਨਾ, ਲੇਕਿਨ ਕੋਈ ਫਾਲਸ ਐਵੀਡੈਂਸ ਕੋਈ। ਸਰ ਅੱਜ ਕੋਰਟ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜਾ ਕਿ ਇਹਨਾਂ ਦੇ ਉੱਪਰ ਕਿਸੇ ਵੀ ਤਰੀਕੇ ਜਿੰਨੇ ਵੀ ਡੇਰੇ ਰਹੇ ਨੇ ਕੋਈ ਵੀ ਇਲਜ਼ਾਮ ਨਹੀਂ ਲਗਾਇਆ ਗਿਆ, ਜੋ ਤੁਹਾਡੇ ਵੱਲ ਇੱਕ ਫੈਕਟਸ ਰੱਖੇ ਗਏ ਸੀ ਕੋਰਟ ਦੇ, ਸਰ ਉਹਦੇ ਉੱਪਰ ਕੀ? ਸਾਡਾ ਇਹ ਸੀਗਾ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕੋਈ 9 ਤੋਂ 14 ਦੇ ਵਿੱਚ 6 ਸਾਲਾਂ ਦੇ ਦੌਰਾਨ ਆਮਦਨ ਘੱਟ ਹੈ ਅਤੇ ਖਰਚੇ ਵੱਧ ਦਿਖਾਏ ਹੈ, ਅਤੇ ਉਹਦੇ ਨੇ ਵੀ ਸਰਪੰਚ ਸੀ, ਐਸ ਐਸ ਬੋਰਡ ਦੇ ਸੀ, ਅਤੇ ਇਹਦੇ ਉਹਦੇ ਚੇਅਰਮੈਨ ਰਹੇ ਐਗਰੋ ਦੇ, ਜਦੋਂ ਕਿ ਇਹ ਸਰਪੰਚ ਉਸ ਵੇਲੇ ਹੈ ਨਹੀਂ ਸੀ ਇਸ ਚੈੱਕ ਪੀਰੀਅਡ ਦੇ ਵਿੱਚ, ਨਾ ਕੋਈ ਸ਼ਿਕਾਇਤ ਸੀ, ਐਸ ਐਸ ਬੋਰਡ 'ਚ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ। ਜਿੱਥੋਂ ਤੱਕ ਐਗਰੋ ਦਾ ਇਸ ਚੈੱਕ ਪੀਰੀਅਡ 'ਚ 2 ਮਹੀਨੇ ਇਹ ਰਹੇ ਹੈ, 2 ਮਹੀਨੇ ਦਾ ਬੰਦਾ ਸਹੁੰ ਨਹੀਂ ਚੁੱਕਦਾ, ਉਹ ਕਿੱਥੋਂ ਕਰ ਲਿਆ? ਸੋ ਜਿਹੜਾ ਇਹ ਕੇਸ ਹੈ ਸਾਰਾ ਪੋਲੀਟੀਕਲੀ ਸਰਦਾਰ ਦਿਆਲ ਸਿੰਘ ਨੂੰ ਇੱਕ ਨੀਚਾ ਦਿਖਾਉਣ ਲਈ ਕੀਤਾ ਗਿਆ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਹ ਰਾਈਟ ਹੈਂਡ ਹੈ, ਉਹਨਾਂ ਦੇ ਸਪੋਰਟਰ ਹੈ, ਉਹਨਾਂ ਦੇ ਇਲੈਕਸ਼ਨ। ਮੋਹਾਲੀ ਕਿਹੜੀ ਜਗ੍ਹਾ 'ਤੇ ਰੋਜ਼ 2 ਘੰਟੇ ਪੁੱਛਗਿੱਛ ਹੋਏਗੀ ਉਹਨਾਂ ਦੀ? ਇਹ ਉਹ ਤੁਸੀਂ ਵਿਜੀਲੈਂਸ ਵਾਲਿਆਂ ਨੂੰ ਪੁੱਛੋ ਕਿੱਥੇ ਕਰਨਗੇ, ਸਾਨੂੰ ਤਾਂ ਇਹਨਾਂ ਦੱਸਿਆ ਕਿ ਅਸੀਂ ਮੋਹਾਲੀ ਤੋਂ ਬਾਹਰ ਨਹੀਂ ਲਿਜਾਵਾਂਗੇ। ਕਾਂਗਰਸ ਦਾ ਹੁਣ ਹਿਸਟਰੀ ਬਣ ਚੁੱਕਿਆ, ਕਿਉਂਕਿ ਪਿਛਲੀ ਵਾਰੀ ਵੀ ਜਦੋਂ ਸਰਕਾਰ ਆਈ ਸੀ ਉਦੋਂ ਵੀ ਇਹੀ ਸਾਡੇ ਲੀਡਰ ਦੇ ਖਿਲਾਫ਼ ਜਿਹੜੀ ਹੈ ਬਹੁਤ ਸਾਰੇ ਪਰਚੇ ਝੂਠੇ ਦਰਜ ਕੀਤੇ ਗਏ ਸੀ, ਔਰ ਅੱਜ ਤੁਹਾਡੇ ਸਾਹਮਣੇ ਆ ਕਿ ਸਾਰੇ ਲੀਡਰ ਤਕਰੀਬਨ ਉਹਨਾਂ ਕੇਸਾਂ ਦੇ ਵਿੱਚੋਂ ਬਰੀ ਹੋ ਗਏ। ਸਰਕਾਰ ਆਪਣੀ ਨੌਨ ਪਰਫਾਰਮੈਂਸ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਕੋਈ ਨਾ ਕੋਈ ਡਰਾਮਾ ਜਿਹੜਾ ਕੀਤਾ ਜਾਵੇ, ਪਰ ਮੈਂ ਮਹਿਸੂਸ ਕਰਦਾ ਕਿ ਸਾਡਾ ਜੁਡੀਸ਼ੀਅਲ ਸਿਸਟਮ ਹੈ, ਇਸ ਕਰਕੇ ਸਾਨੂੰ ਆਪਣੀ ਜੁਡੀਸ਼ਰੀ ਦੇ ਉੱਤੇ ਪੂਰਾ ਭਰੋਸਾ, ਔਰ ਜਿਵੇਂ ਪਹਿਲਾਂ ਸਾਡੇ ਲੀਡਰ ਸਾਰੇ ਦੋਸ਼ਾਂ ਦੇ ਵਿੱਚੋਂ ਸਾਫ਼ ਬਾਹਰ ਆਉਂਦੇ ਰਹੇ ਆ, ਇਸੇ ਤਰੀਕੇ ਇਹ ਵੀ ਕੇਸ ਜਿਹੜਾ ਉਸੇ ਤਰੀਕੇ ਸਾਫ਼ ਹੋ। ਚੀਮਾ ਸਾਹਿਬ, ਅਕਾਲੀ ਦਲ ਪਾਰਟੀ ਦੇ ਤੌਰ 'ਤੇ ਦਿਆਲ ਸਿੰਘ ਕੋਲਿਆਂਵਾਲੀ ਨਾਲ ਇਸ ਮਾਮਲੇ ਦੇ ਉੱਪਰ ਖੜੀ ਹੈ? ਦੇਖੋ, ਗੱਲ ਇਹ ਹੈ ਕਿ ਉਹਦੇ 'ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕੰਪਲੇਨਟ ਨਹੀਂ, ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਉਹਦੇ 'ਤੇ ਦੋਸ਼ ਨਹੀਂ। ਦੋਸ਼ ਉਹਦੇ 'ਤੇ ਇੱਕ ਹੈ ਵੱਡਾ ਕਿ ਉਹ ਲੰਬੀ ਹਲਕੇ 'ਤੇ ਰਹਿਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਕੰਸਟੀਚੁਐਂਸੀ ਹੈ, ਉਹਨਾਂ ਦੇ ਹਲਕੇ ਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਮੈਂਬਰ ਹੈ, ਅਤੇ ਕਿਸੇ ਨਾ ਕਿਸੇ ਤਰੀਕੇ ਇਹ ਪ੍ਰਭਾਵ ਦੇਣ ਦੀਆਂ ਹਮੇਸ਼ਾ ਕੋਸ਼ਿਸ਼ ਕੀਤੀਆਂ ਹੁੰਦੀਆਂ ਕਿ ਲੰਬੀ ਨਾਲ ਹੋਣ ਕਰਕੇ ਉਹਨੂੰ ਡਰਾਮਾ ਜ਼ਿਆਦਾ ਕਰਨਾ ਸੌਖਾ ਹੁੰਦਾ। ਇਸ ਕਰਕੇ ਪਾਰਟੀ ਦੇ ਜੋ ਵੀ ਕੁਛ ਹੈ ਆਲਰੇਡੀ ਅਦਾਲਤਾਂ ਦੇ ਵਿੱਚ, ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਇੱਕ ਇੱਕ ਚੀਜ਼ ਉਹਨਾਂ ਨੇ ਪਹਿਲਾਂ ਜਸਟੀਫਾਈ ਕੀਤੀ ਹੋਈ, ਇਸ ਕਰਕੇ ਹੁਣ ਵੀ ਕੋਈ ਨਹੀਂ, ਇਸ ਅਦਾਲਤ ਦੇ ਵਿੱਚ ਵੀ ਤੁਹਾਡੇ ਸਾਹਮਣੇ, ਸਾਨੂੰ ਪੂਰਾ ਭਰੋਸਾ ਕਿ ਇੱਥੇ ਵੀ ਸ਼ੱਕ ਸ਼ੁਬਾ ਜਿਹੜਾ ਉਹ ਸਾਰਾ ਕਲੀਅਰ ਹੋ ਜਾਏਗਾ, ਪਰ ਇਹ ਡੈਫੀਨੇਟਲੀ 100% ਇਹ ਵੰਡੇਟਾ ਪਾਲਿਸੀ। ਉੱਧਰ ਦੂਜੇ ਪਾਸੇ ਲੁਧਿਆਣਾ ਸਿਟੀ ਸੈਂਟਰ ਘੁਟਾਲਾ ਮਾਮਲੇ 'ਚ ਸਾਬਕਾ DGP ਪੰਜਾਬ ਸੁਮੇਧ ਸੈਣੀ ਵੱਲੋਂ ਵਿਜੀਲੈਂਸ ਦੇ ਕੇਸ ਨੂੰ ਰੱਦ ਕੀਤੇ ਜਾਣ ਵਿਰੁੱਧ ਪਾਈ ਅਰਜ਼ੀ 'ਤੇ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋਈ। ਮਾਮਲੇ ਦੀ ਅਗਲੀ ਸੁਣਵਾਈ ਹੁਣ 5 ਜਨਵਰੀ ਨੂੰ ਹੋਵੇਗੀ। ਸੁਮੇਧ ਸੈਣੀ ਦੇ ਲੀਗਲ ਐਡਵਾਈਜ਼ਰ ਨੇ ਕਿਹਾ ਕਿ ਅਗਲੀ ਤਰੀਕ ਨੂੰ ਮਾਮਲੇ 'ਤੇ ਬਹਿਸ ਹੋਵੇਗੀ। ਉਹਨਾਂ ਕਿਹਾ ਕਿ ਅਦਾਲਤ ਅੱਗੇ ਅਸੀਂ ਕਈ ਦਸਤਾਵੇਜ਼ ਵਿਖਾਏ ਨੇ ਜਿਨ੍ਹਾਂ ਤੋਂ ਸਾਬਿਤ ਹੁੰਦਾ ਹੈ ਕਿ ਮਾਮਲੇ ਦੇ ਅਹਿਮ ਤੱਥਾਂ ਨੂੰ ਅਣਗੋਲਿਆ ਗਿਆ ਅਤੇ ਸਾਬਕਾ ਪ੍ਰਿੰਸੀਪਲ ਸਕੱਤਰ SS ਬਜਾਜ ਦੀ ਗਵਾਹੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਵਕੀਲ ਰਮਨਪ੍ਰੀਤ ਸੰਧੂ ਨੇ ਕਿਹਾ ਕਿ ਬਜਾਜ ਨੇ ਸਾਫ਼ ਕੀਤਾ ਹੈ ਕਿ ਇਹ ਘੁਟਾਲਾ 1500 ਕਰੋੜ ਤੋਂ ਵੱਧਦਾ ਹੈ, ਜਿਸ ਦਾ ਸੂਬੇ ਨੂੰ ਨੁਕਸਾਨ ਹੋਇਆ। ਦੱਸ ਦਈਏ, ਮਾਮਲੇ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਸਮੇਤ 32 ਮੁਲਜ਼ਮ ਨਾਮਜ਼ਦ ਨੇ। ਲਾਸਟ ਡੇਟ 'ਤੇ
ਸਰਕਾਰ ਵੱਲੋਂ ਸਾਡੀ ਐਪਲੀਕੇਸ਼ਨ ਦਾ ਰਿਪਲਾਈ ਫਾਈਲ ਕੀਤਾ ਗਿਆ ਸੀ ਜੀ। ਉਹ ਰਿਪਲਾਈ ਨੂੰ ਲੈ ਕੇ ਅਸੀਂ ਅੱਜ ਇੱਕ ਰੀਜੁਆਇੰਡਰ ਫਾਈਲ ਕੀਤਾ ਹੈ ਜੀ, ਜਿਹਦੇ ਨਾਲ ਕੁਛ ਅਸੀਂ ਇੰਪੋਰਟੈਂਟ ਡਾਕੂਮੈਂਟਸ ਅਟੈਚ ਕੀਤੇ ਆ ਐਜ਼ ਐਨ ਐਕਸਚਰਸ ਜੀ। ਐਂਡ ਜੋ ਅਸੀਂ ਅੱਜ ਰੀਜੁਆਇੰਡਰ ਫਾਈਲ ਕੀਤਾ ਆ ਉਹਦੇ 'ਚ ਬੇਸਿਕਲੀ ਅਸੀਂ ਇਹ ਦੱਸਿਆ ਵੀ ਜਿਹੜਾ ਸਟੇਟ ਰਿਪਲਾਈ ਸੀ ਉਹਦੇ 'ਚ ਕਿਵੇਂ ਸਰਕਾਰ ਨੇ ਤੱਥਾਂ ਨੂੰ ਤੋੜ ਮਰੋੜ ਕੇ ਇੱਕ ਝੂਠੀ ਪਿਕਚਰ ਕੋਰਟ ਦੇ ਸਾਹਮਣੇ ਪ੍ਰਜੈਂਟ ਕੀਤੀ ਗਈ ਸੀ। ਕਈ ਤਰ੍ਹਾਂ ਦੇ ਉਹਦੇ 'ਚ ਐਲੀਗੇਸ਼ਨ ਸੀ ਜੀ, ਵਿੱਚ ਉਹਨਾਂ ਨੇ ਕਹਿਤਾ ਸੀ ਵੀ ਮੇਰੇ ਕਲਾਇੰਟ ਨੇ ਫਾਈਲ ਹੀ ਨਹੀਂ ਅੱਜ ਤੱਕ ਦੇਖੀ, ਅਸੀਂ ਡਾਕੂਮੈਂਟਰੀ ਉਹਨਾਂ ਨੂੰ ਡਾਕੂਮੈਂਟਸ ਦਿੱਤੇ ਆ ਜੀ, ਡਾਕੂਮੈਂਟਰੀ ਐਵੀਡੈਂਸ ਦਿੱਤਾ, ਜਿਹਦੇ ਤੋਂ ਪਤਾ ਲੱਗਦਾ ਵੀ ਜਿੰਨੀ ਵੀ ਇਸ 1500 ਤੋਂ 3000 ਕਰੋੜ ਦੇ ਸਕੈਮ ਦੀ ਇਨਵੈਸਟੀਗੇਸ਼ਨ ਹੋਈ ਉਹਦੇ 'ਚ ਸਾਡਾ ਰੋਲ ਕਿੰਨਾ ਇੰਪੋਰਟੈਂਟ ਸੀ, ਕਿਵੇਂ ਕਿਵੇਂ ਸਾਡੇ ਅੰਦਰ ਇਹ ਸਾਰੀ ਇਨਵੈਸਟੀਗੇਸ਼ਨ ਹੋਈ ਜੀ। ਇਹਦੇ 'ਚ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਜਿਹੜੀ ਕਿ ਚਲਾਨ ਪੇਸ਼ ਹੋਣ ਤੋਂ 10 ਸਾਲਾਂ ਬਾਅਦ ਪੇਸ਼ ਕੀਤੀ, ਉਹਦੇ 'ਚ ਕਈ ਗਵਾਹ ਮੁੱਕਰ ਗਏ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਸਾਡਾ ਤਾਂ ਕਦੀ ਪੁਲਿਸ ਨੇ ਬਿਆਨ ਹੀ ਰਿਕਾਰਡ ਨਹੀਂ ਕੀਤਾ ਜੀ। ਉਹਨਾਂ 'ਚੋਂ ਇੱਕ ਸ਼੍ਰੀ BR ਬਜਾਜ ਸੀ ਜੀ, IS ਆਫਿਸਰ, ਉਸ ਟਾਈਮ ਸ਼ਾਇਦ ਮੈਨੂੰ ਲੱਗਦਾ ਵੀ ਸ਼ਾਇਦ ਉਹ ਪ੍ਰਿੰਸੀਪਲ ਸੈਕਟਰੀ ਸੀ ਜੀ। ਉਹਨਾਂ ਦਾ ਹੁਣ ਨਵਾਂ ਬਿਆਨ ਲਿਖਿਆ ਗਿਆ ਜੀ, ਇਹ ਕਲੋਜ਼ ਰਿਪੋਰਟ 'ਚ ਆਪਦੀ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਵੀ ਜਦੋਂ ਵਿਜੀਲੈਂਸ ਵਾਲਿਆਂ ਨੇ ਉਹਨਾਂ ਨੂੰ ਸਿਟੀ ਸੈਂਟਰ ਸਕੈਮ ਦੇ ਵਿੱਚ ਆਪਦੀ ਸਟੇਟਮੈਂਟ ਦਿਖਾਈ ਬਜਾਜ ਸਾਹਿਬ ਦੀ, ਉਹ ਕਹਿੰਦੇ ਜੀ ਮੈਂ ਕਦੀ ਇਹ ਸਟੇਟਮੈਂਟ ਨਹੀਂ ਦਿੱਤੀ। ਅਸੀਂ ਕੋਰਟ ਨੂੰ ਕਿਹਾ ਵੀ ਵੀ ਹੈਵ ਡਾਕੂਮੈਂਟਸ ਵਿੱਚ ਪਰੂਫਸ ਵੀ ਬਜਾਜ ਸਾਹਿਬ ਨੇ ਆਪ ਬਿਆਨ ਦਿੱਤਾ ਜੀ, ਉਹਨਾਂ ਦਾ ਹੈਂਡ ਰਾਈਟਿੰਗ ਵਾਲਾ ਹੈ ਜੀ ਵਿੱਚ, ਉਹਦੇ ਜਿੱਥੋਂ ਸਾਬਤ ਹੁੰਦਾ ਵੀ ਬਜਾਜ ਸਾਹਿਬ ਦਾ ਬਕਾਇਦਾ ਬਿਆਨ ਰਿਕਾਰਡ ਕੀਤਾ। 1500 ਕਰੋੜ ਦਾ ਲੋਸ ਸੀ ਜੀ ਇਹ ਸਟੇਟ ਐਕਸਚੈਕਰ ਨੂੰ 1500 ਕਰੋੜ ਦਾ ਲੋਸ ਸੀ ਸਿਟੀ ਸੈਂਟਰ ਸਕੈਮ 'ਚ। ਐਂਡ ਅਸੀਂ ਇਹ ਗੱਲ ਨਹੀਂ ਕਹਿ ਰਹੇ ਸੀ ਜੀ, ਅਸੀਂ ਜੁਆਇਨ ਕੀਤਾ ਮਾਰਚ 2007 'ਚ। 2006 ਦੇ ਵਿੱਚ CSR ਰੈਡੀ IG ਸਾਹਿਬ ਸਨ, ਮਿਸਟਰ ਪਾਂਡੇ ਵਾਜ਼ ADGP ਹੈਡ ਆਫ ਦਾ ਵਿਜੀਲੈਂਸ ਬਿਊਰੋ। ਐਂਡ ਉਹਨਾਂ ਨੇ ਇੱਕ ਲੈਟਰ ਲਿਖੀ ਸੀ ਉਦੋਂ ਵੀ ਜਿਹੜਾ ਸਟੇਟ ਨੂੰ ਮਿਨੀਮਮ ਲੋਸ ਹੋਇਆ, ਐਂਡ ਵਨ ਆਫ ਦਾ ਅਕਿਊਜ਼ਡ ਵਾਜ਼ ਦਾ ਟੋਪ ਐਗਜੈਕਟਿਵ ਆਫ ਦਾ ਸਟੇਟ ਐਟ ਦੈਟ ਟਾਈਮ। ਉਦੋਂ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਟੋਟਲ ਲੋਸ ਆ ਸਟੇਟ ਨੂੰ ਇਟ ਇਜ਼ ਅਰਾਊਂਡ 1500 ਕਰੋੜ। ਅਸੀਂ ਉਸ ਤੋਂ ਬਾਅਦ 4 ਮਹੀਨੇ ਬਾਅਦ ਪਿਕਚਰ 'ਚ ਆ ਰਹੇ ਹਾਂ ਅਤੇ 10 ਸਾਲਾਂ ਬਾਅਦ ਆ ਕੇ ਇਹਨਾਂ ਨੇ ਇੱਕ ਪ੍ਰੋਪਰ ਸਟੇਟ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਸਾਰੇ ਦੋਸ਼ੀਆਂ ਨੂੰ ਬਚਾਉਣ ਲਈ, ਟੂ ਸੇਵ ਦਾ ਸਕਿਨਸ ਆਫ ਮਨੀਡ ਐਂਡ ਇਨਫਲੈਂਸ਼ੀਅਲ, ਜਿਹੜੇ ਕਿ ਅਕਿਊਜ਼ ਨੇ ਦੇ ਆਰ ਵੈਰੀ ਮਨੀਡ ਐਂਡ ਇਨਫਲੈਂਸ਼ੀਅਲ, ਉਹਨਾਂ ਨੂੰ ਪਲੀਜ਼ ਕਰਨ ਵਾਸਤੇ ਉਹਨਾਂ ਦੀਆਂ ਸਕਿਨਸ ਬਚਾਉਣ ਲਈ ਇੱਕ ਬੰਡਲ ਆਫ ਲਾਈਜ਼ ਦਾ ਪੈਕਟ ਇਕੱਠਾ ਕਰਕੇ ਇਹਨਾਂ ਨੇ ਕੋਰਟ 'ਚ ਫੜਾਤਾ ਵੀ ਆਹ ਕਲੋਜ਼ ਰਿਪੋਰਟ ਹੈ ਜੀ, ਇਹ ਸਾਰੇ ਨਿਰਦੋਸ਼ ਨੇ, ਇਹਨਾਂ ਨੇ ਕੁਛ ਨਹੀਂ ਕੀਤਾ। ਜਿਹੜਾ 1500 ਕਰੋੜ ਦਾ ਸਟੇਟ ਦਾ ਲੋਸ ਹੋਇਆ ਉਹਦੇ ਬਾਰੇ ਦੇ ਆਰ ਸਾਇਲੈਂਟ। ਸੋ ਅਸੀਂ ਅੱਜ ਉਹੀ ਰੀਜੁਆਇੰਟਰ ਦਿੱਤਾ, ਹੁਣ 5-1 ਨੂੰ ਆਰਗੂਮੈਂਟਸ ਹੋਣੀ ਆ, ਡਾਕੂਮੈਂਟਸ ਦੇਵਾਂਗੇ ਕੋਰਟ ਦੇ ਅੱਗੇ, ਤੱਥ ਪੇਸ਼ ਕਰਾਂਗੇ ਜੀ ਵੀ ਇਹਨਾਂ ਨੂੰ ਕਿਸ ਤਰ੍ਹਾਂ ਸਟੇਟ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਇਹਨਾਂ ਦੀਆਂ ਸਕਿਨਸ ਨੂੰ ਬਚਾਇਆ ਜਾ ਰਿਹਾ, ਕਿਵੇਂ ਕਿਸ ਤਰ੍ਹਾਂ ਜਿਹੜੀ ਸਟੇਟ ਮਸ਼ੀਨਰੀ ਆ ਦੇ ਆਰ ਬਿਹੇਵਿੰਗ ਲਾਈਕ ਅ ਡਿਫੈਂਸ ਕਾਉਂਸਲ, ਦੇ ਆਰ ਬਿਹੇਵਿੰਗ ਲਾਈਕ ਅ ਡਿਫੈਂਸ ਕਾਉਂਸਲ। ਐਂਡ ਇਹੀ ਅੱਜ ਅਸੀਂ ਆਪਦਾ ਰੀਜੁਆਇੰਡਰ 'ਚ ਲਿਖਿਆ ਜੀ, ਅਤੇ ਆਰਗੂਮੈਂਟਸ ਨੇ 5-1 ਨੂੰ, ਅਤੇ ਐਟ ਦੈਟ ਟਾਈਮ ਵੀ ਵਿਲ ਪ੍ਰੂਵ ਦਿਸ ਬਿਫੋਰ ਆਨਰੇਬਲ ਕੋਰਟ। ਅਤੇ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਤੁਹਾਡਾ ਕੇਸ ਸਟਰੋਂਗ ਹੈਗਾ ਹੈ ਅਤੇ ਤੁਹਾਨੂੰ ਲੱਗਦਾ ਕਿ ਅਦਾਲਤ ਮੁੜ ਕੇ ਇਸ ਫੈਸਲੇ 'ਤੇ ਹੋਰ ਵਿਚਾਰ ਕਰੂਗੀ ਅਤੇ ਹੋ ਸਕਦਾ ਕਿ ਇਸ ਮਾਮਲੇ 'ਚ ਜਿਹੜੇ ਦੋਸ਼ੀ ਪਾਈ ਜਾਂਦੇ ਉਹਨੂੰ ਸਜ਼ਾ ਵੀ ਹੋ ਸਕਦੀ ਹੈ? ਦੇਖੋ ਜਿਹੜੇ ਦੋਸ਼ੀ ਨੇ ਜੀ, ਜੇ ਤੁਸੀਂ ਇਹਦੀ ਸਾਰਾ ਕੁਛ ਧਿਆਨ ਨਾਲ ਸਟੱਡੀ ਕਰੋ, ਉਹਨਾਂ ਖਿਲਾਫ਼ ਮੇਜਰ ਡਾਕੂਮੈਂਟਰੀ ਐਵੀਡੈਂਸ ਨੇ ਜੀ। ਸਾਰਾ ਕੇਸ ਜਿਹੜਾ ਆ ਮੇਜਰ ਕੇਸ ਡਾਕੂਮੈਂਟਰੀ ਐਵੀਡੈਂਸ ਬੇਸਡ ਹੈ। ਜੇ ਇਹ ਕੇਸ ਖੁੱਲ੍ਹਦਾ ਦੋਸ਼ੀਆਂ ਨੂੰ ਕੋਈ ਨਹੀਂ ਬਚਾ ਸਕਦਾ ਜੀ, ਦੇ ਵਿਲ ਬਿਹਾਈਂਡ ਦਾ ਬਾਰਸ। ਬਹੁਤ ਵੱਡਾ ਲੋਸ ਕੌਜ਼ ਕੀਤਾ ਜੀ ਸਟੇਟ ਨੂੰ ਉਹਨਾਂ ਨੇ, ਇਹ ਨਹੀਂ ਬਚਣਾ। ਦੋਸ਼ੀ 34 ਨੇ ਜੀ, ਸਾਡੇ ਲਈ ਕੋਈ ਪ੍ਰਿਓਰਿਟੀ ਨਹੀਂ ਜੀ, ਸਾਡੇ ਲਈ ਵਨ ਆਫ ਦਾ ਟੋਪ ਐਗਜੈਕਟਿਵ ਇਜ਼ ਆਲਸੋ ਦੋਸ਼ੀ ਜੀ, ਠੀਕ ਹੈ ਜੀ। ਕਈ ਆਫਿਸਰਸ ਟੂਡੇ ਹੋਮ ਗਰੁੱਪ ਵਾਲੇ ਸੀ ਜੀ, 32-34 ਜਾਣੇ ਆ, ਦੇ ਆਰ ਵੈਰੀ ਇਨਫਲੂਐਂਸ਼ੀਅਲ, ਮਨੀਡ ਨੇ, ਪਾਵਰ 'ਚ ਨੇ ਜੀ। ਸੋ ਸਾਡੇ ਲਈ ਤਾਂ ਦੋਸ਼ੀ ਹੈ ਜੀ, ਕੋਈ ਵੀ ਹੋਵੇ।